ਪਰ ਕਿਸੇ ਨੇ ਆਪਣੀ ਮਾਂ ਨਹੀਂ ਬਦਲੀ, ਮਾਂ ਨਹੀਂ ਬਦਲੀ ਕਿਸੇ ਨੇ, ਬਸ ਇਹੋ ਜਿਹਾ ਹਾਲ ਹੋਇਆ ਪਿਆ। ਉਧਰੋਂ ਰੁੱਸ ਕੇ ਦੂਜੀ ਪਾਰਟੀ 'ਚ ਜਾ ਕੇ ਕਹਿੰਦੇ ਨੇ ਕਿ ਅਸੀਂ ਮਾਂ ਪਾਰਟੀ 'ਚ ਆ ਗਏ, ਸਾਡੀ ਇਹ ਮਾਂ ਪਾਰਟੀ ਹੈ। ਮਾਵਾਂ ਨੂੰ ਵੀ ਬਦਲ ਦਿੰਦੇ ਨੇ ਤਾਂ ਰਾਜਨੀਤੀ ਐਡੀ ਗੰਦੀ ਹੋ ਗਈ ਕਿ ਮਾਵਾਂ ਨੂੰ ਵੀ ਬਦਲ ਦਿੰਦੇ ਨੇ। ਤੇ ਚੌਥੀ ਉਮੀਦਵਾਰ ਹੈ ਸਿਕੰਦਰ ਸਿੰਘ ਮਲੂਕਾ ਦੀ ਨੂੰਹ, ਮਲੂਕਾ ਅਕਾਲੀਆਂ 'ਚ ਹੈ ਤੇ ਉਹ ਝਾੜੂ ਵਾਲਾ ਆ ਸੌਰੀ ਫੁੱਲ ਵਾਲਾ ਝੰਡਾ ਚੱਕੀ ਫਿਰਦੀ ਹੈ। ਪਿੰਡਾਂ 'ਚ ਉਹਨੂੰ ਕੋਈ ਵੜਨ ਨਹੀਂ ਦਿੰਦਾ, ਪਿੰਡਾਂ 'ਚ ਕੋਈ ਵੀ ਨਹੀਂ ਵੜਨ ਦਿੰਦਾ। ਸ਼ਹਿਰਾਂ 'ਚ ਅਜੇ ਕਿਸਾਨ ਜਥੇਬੰਦੀਆਂ ਹੈ ਨਹੀਂ, ਘੱਟ ਨੇ, ਸ਼ਹਿਰਾਂ ਸ਼ੁਰਾਂ 'ਚ ਮਾੜਾ ਮੋਟਾ ਫਿਰਦੇ ਨੇ, ਪਿੰਡਾਂ 'ਚ ਇਹਨਾਂ ਨੂੰ ਕੋਈ ਵੀ ਨਹੀਂ ਵੜਨ ਦਿੰਦਾ। ਤੁਸੀਂ ਰੋਜ਼ ਮੋਬਾਈਲ 'ਤੇ ਦੇਖਦੇ ਹੋ, ਰੋਜ਼ ਅਖਬਾਰ ਪੜ੍ਹਦੇ ਹੋ, ਪੜ੍ਹੇ ਲਿਖੇ ਇਨਸਾਨ ਆ ਸ਼ਹਿਰਾਂ ਦੇ। ਤਾਂ ਕਰਕੇ ਮੇਰੇ ਵੀਰੋ ਤੁਹਾਨੂੰ ਇਹਨਾਂ ਦਾ ਹਾਲਾਤ ਦੱਸਦੇ ਹਾਂ। ਅਤੇ ਜਿਹੜਾ ਮਹਾਜਨ ਭਾਈਚਾਰਾ ਉਹ ਸਧਾਣੇ ਤੋਂ ਇੰਨਾ ਡਰਦਾ ਹੱਦੋਂ ਪਰੇ ਜ਼ਿਆਦੇ। ਕਹਿਣ ਦਾ ਅਰਥ ਕਿ ਜਿਹੜੇ ਪੰਜ ਰਜਵਾੜੇ ਇੱਕੋ ਪਰਿਵਾਰ ਦੇ ਰਜਵਾੜਾ ਸ਼ਾਹੀ ਦੇ ਚੋਣ ਲੜ ਰਹੇ ਨੇ, ਇਹਨਾਂ ਦੀ 5.5 ਲੱਖ ਵੋਟ ਹੈ, ਇਹਨਾਂ ਦੀ 5.5 ਲੱਖ ਵੋਟ ਹੈ। ਅਤੇ ਜਿਹੜੇ ਅਸੀਂ ਗਰੀਬ ਹੈ, ਦੁਕਾਨਦਾਰ ਹੈ, ਅਸੀਂ ਵਪਾਰ ਦਾ ਮਾੜਾ ਮੋਟਾ ਕੰਮ ਕਰਦੇ ਹਾਂ, ਠੇਕੇ 'ਤੇ ਕੰਮ ਮਾੜਾ ਮੋਟਾ ਕਰਦੇ ਹਾਂ, ਮਜ਼ਦੂਰੀਆਂ ਕਰਦੇ ਹਾਂ, ਗਰੀਬ ਪਰਿਵਾਰਾਂ 'ਚੋਂ ਚਾਹੇ ਪਿੰਡਾਂ ਵਾਲੇ ਨੇ ਚਾਹੇ ਸ਼ਹਿਰਾਂ ਵਾਲੇ ਨੇ, ਇਹਨਾਂ ਦੀ ਕਿੰਨੀ ਵੋਟ ਹੈ? 11 ਲੱਖ। ਅਤੇ ਹੁਣ ਮੈਨੂੰ ਤੁਸੀਂ ਦੱਸੋ ਵੀ ਵੋਟਾਂ ਨਾਲ ਰਾਜ ਬਣਦਾ, ਵੋਟਾਂ ਨਾਲ MP ਬਣਦੇ ਨੇ, ਅਤੇ ਫਿਰ 11 ਲੱਖ ਵਾਲਾਂ ਦਾ ਜਿੱਤਣਾ ਚਾਹੀਦਾ ਨਾ? ਮਾੜਾ ਜਿਹਾ ਦੱਸੋ ਨਾ ਹੱਥ ਖੜੇ ਕਰਕੇ, 11 ਵਾਲਿਆਂ ਦਾ ਜਿੱਤਣਾ ਚਾਹੀਦਾ